ਦਰਸ਼ਕੋ, ਅੱਜ ਦਾ ਦਿਨ ਬੜਾ ਇਤਿਹਾਸਿਕ ਹੈਗਾ। 9 ਨਵੰਬਰ ਜਦੋਂ ਦੋਨਾਂ ਦੇਸ਼ਾਂ ਵਿੱਚ ਕਰਤਾਰਪੁਰ ਲਾਂਘਾ ਜਿਹੜਾ ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਜੋ ਕਿ ਨਾਰੋਵਾਲ ਪਾਕਿਸਤਾਨ ਵਿੱਚ ਸਥਿਤ ਹੈਗਾ ਉਹ ਸ਼ੁਰੂ ਹੋ ਜਾਏਗਾ ਹੁਣੇ 1.5-2 ਘੰਟੇ ਬਾਅਦ। ਇਹ ਵਾਕਿਆ ਇੱਕ ਬਹੁਤ ਇਤਿਹਾਸਿਕ ਦਿਨ ਹੈਗਾ। ਇਹ ਸਿੱਖ ਜਗ ਦੀਆਂ 72 ਸਾਲਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹੈਗੀਆਂ। ਇਹਦੇ ਲਈ ਹਰ ਇੱਕ ਸਿੱਖ ਜਿੰਨਾ ਵੀ ਪੰਜਾਬੀ ਹੈਗਾ ਕਿਤੇ ਵੀ ਆਲ ਓਵਰ ਵਰਲਡ ਕਿਤੇ ਵੀ ਹੈਗਾ ਉਹਦੇ ਮਨ 'ਚ ਬਹੁਤ ਸ਼ਰਧਾ ਅਤੇ ਉਤਸ਼ਾਹ ਹੈਗਾ। ਇਹਦੇ ਨਾਲ ਨਾਲ ਅੱਜ ਬੜੀਆਂ ਅਖਬਾਰਾਂ ਵਿੱਚ ਐਡੀਟੋਰੀਅਲ ਆਏ ਹੈਗੇ। ਇਹ ਦੋਨਾਂ ਦੇਸ਼ਾਂ ਵਿੱਚ ਸ਼ਾਂਤੀ, ਆਪਸੀ ਪਿਆਰ, ਟ੍ਰੇਡ ਡਿਵੈਲਪਮੈਂਟ, ਇਹ ਸਾਰਾ ਜਿਹੜਾ ਬਾਬਾ ਨਾਨਕ ਦਾ ਕੋਰੀਡੋਰ ਹੈਗਾ, ਬਾਬੇ ਨਾਨਕ ਦੀ ਕਿਰਪਾ ਨਾਲ ਇਹ ਜਿਹੜਾ ਹੈਗਾ, ਜਿਹੜੇ ਡਿਫਰੈਂਸਿਸ ਆ ਉਹਨਾਂ ਨੂੰ ਦੂਰ ਕਰਨ ਵਿੱਚ ਵੀ ਹੈਲਪ ਕਰੇਗਾ। ਕਿਉਂਕਿ ਚਾਹੇ ਇਨਸਪਾਈਟ ਆਫ ਡਿਫਰੈਂਸਿਸ ਇਹ ਜਿਹੜੀਆਂ ਕੰਡਿਆਲੀ ਤਾਰਾਂ ਲੱਗੀਆਂ ਹੈਗੀਆਂ ਦੋਨਾਂ ਦੇਸ਼ਾਂ ਵਿਚਾਲੇ, ਪਰ ਇਹ ਜਿਹੜਾ ਹੈਗਾ ਕਰਤਾਰਪੁਰ ਕੋਰੀਡੋਰ ਦਾ ਰਸਤਾ ਜਿਹੜਾ ਹੈਗਾ ਬਾਬੇ ਨਾਨਕ ਦੀ ਕਿਰਪਾ ਨਾਲ ਖੁੱਲ੍ਹਾ ਰਿਹਾ ਹੈਗਾ। ਅਤੇ ਆਪਾਂ ਆਸ ਕਰਦੇ ਹਾਂ ਵੀ ਦੋਨੋਂ ਦੇਸ਼ ਸ਼ਾਂਤੀ ਸਦਭਾਵਨਾ ਨਾਲ ਇੱਕ ਦੂਸਰੇ ਦੇ ਲਾਗੇ ਆਉਣਗੇ। ਇਹਦੇ ਨਾਲ ਨਾਲ ਅੱਜ ਦੀਆਂ ਖਬਰਾਂ ਹੈਗੀਆਂ, 72 ਵਰ੍ਹਿਆਂ ਦਾ ਅਰਦਾਸਾਂ ਪੂਰੀਆਂ ਹੋਈਆਂ ਹੈਗੀਆਂ। ਇਹ ਵਾਕਿਆ ਜਿਹੜਾ 72 ਸਾਲਾਂ ਦੀ ਅਰਦਾਸਾਂ ਪੂਰੀਆਂ ਹੋਈਆਂ ਹੈਗੀਆਂ, ਇਹ ਅਖਬਾਰਾਂ ਵਿੱਚ ਆਰਟੀਕਲ ਇੱਕ ਪ੍ਰਿੰਸੀਪਲ ਅਖਬਾਰ ਨੇ ਅਜੀਤ ਨੇ ਖਬਰ ਦਿੱਤੀ ਹੈਗੀ ਵੀ ਇਸ ਲਾਂਘੇ ਨਾਲ ਇੱਕ ਤਾਂ ਜਿਹੜਾ ਆਪਸੀ ਪੀਪਲ ਟੂ ਪੀਪਲ ਕੰਟੈਕਟ ਬਹੁਤ ਵਧੇਗਾ। ਵੈਸੇ ਪੀਪਲ ਟੂ ਪੀਪਲ ਕੰਟੈਕਟ ਆਲਰੇਡੀ ਦੋਨਾਂ ਦੇਸ਼ਾਂ ਦੇ ਜਿਹੜੇ ਲੋਕ ਆ ਇੱਕ ਦੂਸਰੇ ਨੂੰ ਬਹੁਤ ਮੁਹੱਬਤ ਕਰਦੇ ਹੈਗੇ। ਮੈਨੂੰ ਵੀ ਬਹੁਤ ਵਧੀਆ ਵਧੀਆ ਮੈਸੇਜ ਆਉਂਦੇ, ਮੈਂ ਹੈਰਾਨ ਹਾਂ ਕਿ ਦੇਸ਼ ਕਿਵੇਂ ਇਹੋ ਮਤਲਬ ਦੂਰ ਹੋ ਗਏ ਇੱਕ ਦੂਜੇ ਤੋਂ। ਇੱਦਾਂ ਹਿੰਦੂ ਮੁਸਲਿਮ ਸਿੱਖਾਂ ਵਿੱਚ ਇੱਕ ਬਹੁਤ ਪ੍ਰੇਮ ਪਿਆਰ ਦਾ ਪ੍ਰਤੀਕ ਇਹ ਜਿਹੜਾ ਕੋਰੀਡੋਰ ਹੋ ਸਕਦਾ ਹੈਗਾ, ਇਹ ਆਸ ਕੀਤੀ ਜਾ ਸਕਦੀ ਹੈਗੀ। ਨਾਲ ਰਾਜਨੀਤਿਕ ਲੋਕਾਂ ਵਿੱਚ ਵੀ ਇਹ ਨੇੜਤਾ ਵਧੇਗੀ। ਇਹਦੇ ਨਾਲ ਨਾਲ ਪਾਕਿਸਤਾਨ ਨੇ ਇੱਕ ਕਲੈਰੀਫਾਈ ਕੀਤਾ ਹੈਗਾ, ਅੱਜ ਵਾਲੇ ਦਿਨ ਮਤਲਬ 9 ਤਰੀਕ ਅਤੇ 12 ਤਰੀਕ ਕੋਈ ਫੀਸ ਨਹੀਂ ਲੱਗੇਗੀ। ਇਹ ਜਿਹੜਾ ਖਾਸ ਤੌਰ 'ਤੇ ਪਾਕਿਸਤਾਨ ਨੇ ਫਿਰ ਦੁਬਾਰਾ ਕਲੈਰੀਫਾਈ ਕੀਤਾ ਹੈਗਾ। ਇਹਦੇ ਨਾਲ ਨਾਲ ਇੱਕ ਦੋ ਗੱਲਾਂ ਹੋਰ ਸੀ ਵੀ ਜਿਹੜਾ ਕਰਤਾਰਪੁਰ ਲਾਂਘਾ ਪਿਆਰ ਦਾ ਲਾਂਘਾ ਹੈਗਾ, ਪਾਕਿਸਤਾਨ ਅਥਾਰਟੀ ਦੇ ਨੇ ਕਿਹਾ ਹੈਗਾ, ਇਹਦੇ ਪਿੱਛੇ ਕੋਈ ਗਲਤ ਮਨਸੂਬਾ ਨਹੀਂ ਹੈਗਾ। ਕਿਉਂਕਿ ਇਹ ਜਿਹੜੇ ਬਹੁਤ ਸਾਰੇ ਮੀਡੀਆ ਵਾਲੇ ਅਖਬਾਰਾਂ ਬਾਰੇ ਲਿਖ ਦਿੰਦੇ ਆ ਜੀ ਆਹ ਜੀ ਟੈਰਰਿਜ਼ਮ ਵੱਧ ਸਕਦਾ ਜਾਂ ਆਹ ਹੋ ਸਕਦਾ ਇੱਦਾਂ ਹੋ ਸਕਦਾ ਹੈਗਾ, ਕਿਉਂਕਿ ਅਖਬਾਰਾਂ ਵਾਲਿਆਂ ਨੇ ਆਪਣੀ ਉਹ ਜਿਹੜੀ ਸਰਕੂਲੇਸ਼ਨ ਵਧਾਉਣੀ ਹੁੰਦੀ, ਮੀਡੀਆ ਵਾਲੇ ਨੇ TRP ਵਧਾਉਣੀ ਹੁੰਦੀ। ਅਤੇ ਇਹਨਾਂ ਨੇ ਜਿਹੜਾ ਪਾਕਿਸਤਾਨ ਨੇ ਕਲੈਰੀਫਾਈ ਕੀਤਾ ਹੈਗਾ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਸ਼ਰਧਾਲੂ ਨੂੰ ਪੋਲੀਟੀਕਲ ਐਕਟੀਵਿਟੀ ਦੀ ਇਜਾਜ਼ਤ ਨਹੀਂ ਹੋਣਗੀ। ਸਿਰਫ ਸ਼ਰਧਾਲੂ ਸ਼ਰਧਾ ਨਾਲ ਉਹ ਆ ਕੇ ਉੱਥੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਫਿਰ ਕੋਰੀਡੋਰ ਵਿਜ਼ਿਟ ਕਰਕੇ ਸ਼ਾਮ ਨੂੰ ਵਾਪਸ ਇੰਡੀਆ ਵਾਲੀ ਸਾਈਡ ਜਾ ਸਕਦੇ ਹੈਗੇ। ਓਵਰਆਲ ਹਰ ਇੱਕ ਜਿਹੜਾ ਹੈਗਾ ਗੁਰੂ ਨਾਨਕ ਨਾਮ ਲੇਵਾ ਸੰਗਤ ਹੈਗੀ, ਜਿਹੜੀ ਵੀ ਉੱਥੇ ਜਾਣਾ ਚਾਹੁੰਦੀ ਸਿੱਖ ਇੰਡੀਆ ਐਂਡ ਅਬਰੋਡ, ਬਹੁਤ ਜ਼ਿਆਦਾ ਉਹਦਾ ਦੇ ਇਸ ਕੋਰੀਡੋਰ ਪ੍ਰਤੀ ਸ਼ਰਧਾ ਅਤੇ ਉਤਸ਼ਾਹ ਹੈਗਾ। ਇਹਦੇ ਲਈ ਸਾਰੀਆਂ ਜਿਹੜੀਆਂ ਸੰਬੰਧਿਤ ਧਿਰਾਂ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ। ਅੱਜ ਤੋਂ ਖੁੱਲ੍ਹੇ ਦਰਸ਼ਨ ਹੋਣਗੇ ਕਰਤਾਰਪੁਰ ਸਾਹਿਬ ਦੇ। ਜਿਹੜੀ ਤੁਸੀਂ ਇਹਦੇ ਵਿੱਚ ਡਾਇਗ੍ਰਾਮ 'ਚ ਦੇਖ ਰਹੇ ਹੋ, ਉੱਪਰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਹੈਗਾ ਜੋ ਪਾਕਿਸਤਾਨ 'ਚ ਸਥਿਤ ਹੈ, ਥੱਲੇ
ਰੈੱਡ ਵਾਲਾ ਡੇਰਾ ਬਾਬਾ ਨਾਨਕ ਤੋਂ ਇੱਥੋਂ ਇਹ ਕੋਰੀਡੋਰ ਸਿੱਧਾ ਬਣ ਰਿਹਾ ਹੈਗਾ। ਅੱਜ 9 ਨਵੰਬਰ ਨੂੰ ਜਿਹੜਾ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਣ ਲਈ ਸੁਲਤਾਨਪੁਰ ਲੋਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆ ਰਹੇ ਹੈਗੇ ਆ। ਇਹਨਾਂ ਦਾ ਥੋੜ੍ਹਾ ਜਿਹਾ ਸਮਾਂ ਅਗਾਂਹ ਹੋਇਆ ਹੈਗਾ। ਮੋਦੀ ਸਾਹਿਬ ਪਤਾ ਲੱਗਾ ਹੈਗਾ ਹਵਾਈ ਜਹਾਜ਼ ਰਾਹੀਂ ਸਿੱਧੇ ਪਹਿਲਾਂ ਅੰਮ੍ਰਿਤਸਰ ਆਉਣਗੇ, ਰਾਜਾਸਾਂਸੀ ਏਅਰਪੋਰਟ, ਉੱਥੋਂ ਫਿਰ ਹੈਲੀਕਾਪਟਰ ਰਾਹੀਂ ਗੁਰਦੁਆਰਾ ਬੇਰ ਸਾਹਿਬ ਆਉਣਗੇ। ਇੱਥੇ ਕੋਈ 10-15 ਮਿੰਟ ਕੀਰਤਨ ਸੁਣਨ ਤੋਂ ਬਾਅਦ ਫਿਰ ਉਹ ਹੈਲੀਕਾਪਟਰ ਰਾਹੀਂ BSF ਕੈਂਪਸ ਜਿਹੜਾ ਹੈਗਾ ਕੋਈ 10:30 ਵਜੇ ਦੇ ਕਰੀਬ ਉੱਥੇ ਰੈਲੀ ਵਿੱਚ ਉਹ ਜਾਣਗੇ। ਇੱਥੇ ਉਹਨਾਂ ਦੇ ਸਵਾਗਤ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਲਰੇਡੀ ਅੰਮ੍ਰਿਤਸਰ ਪਹੁੰਚ ਗਏ ਅਤੇ ਉਹ ਡੇਰਾ ਬਾਬਾ ਨਾਨਕ ਚਲੇ ਜਾਣਗੇ। ਇਹਦੇ ਨਾਲ ਨਾਲ ਇਹ ਵੀ ਪਤਾ ਲੱਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਦੇ ਸਵਾਗਤ ਲਈ BSF ਕੈਂਪਸ ਵਿੱਚ ਪਹੁੰਚਣਗੇ ਅਤੇ ਇਹਦੇ ਨਾਲ ਉਹਨਾਂ ਦੇ 3-4 ਕੈਬਨਿਟ ਮੰਤਰੀਆਂ ਦੇ ਵੀ ਜਾਣੇ ਦੀ ਸੰਭਾਵਨਾ ਹੈਗੀ ਆ। ਇਹ ਇਸ ਤੋਂ ਪਹਿਲਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਆਲਰੇਡੀ ਉਹ ਵੀ ਉੱਥੇ ਪਹੁੰਚ ਚੁੱਕੇ ਹੈਗੇ ਆ। ਅਤੇ ਇਹਦੇ ਜਿਹੜਾ ਇੱਕ ਹੋਰ ਬਹੁਤ ਅਹਿਮ ਹੈਗਾ ਜਿਹੜਾ ਕਰਤਾਰ ਜਿਹੜਾ ਜੱਥਾ ਜਾਏਗਾ ਪਹਿਲਾਂ ਇਹ ਉਹਦੀ ਜਿਹੜੀ ਅਗਵਾਈ ਕਰਨਗੇ ਅਕਾਲ ਤਖਤ ਦੇ ਜਥੇਦਾਰ। ਪਹਿਲਾਂ ਇਹ ਜਿਹੜਾ ਗੌਰਮੈਂਟ ਆਫ ਇੰਡੀਆ ਨੇ ਕਿਹਾ ਸੀ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਉਹਨਾਂ ਨੇ ਜਾਣਾ ਸੀ, ਉਹਨਾਂ ਦਾ ਇਹੋ ਕੈਂਸਲ ਕਰਕੇ ਜਿਹੜਾ ਤਾਂ ਕਿ ਕੋਈ ਕੰਟਰੋਵਰਸੀ ਨਾ ਰਹੇ ਜਿਹੜੀ ਅਗਵਾਈ ਆ ਉਹ ਪਹਿਲੇ ਜੱਥੇ ਦੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਅਤੇ ਇਹਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਵੀ ਜਾਣਗੇ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਪਰਿਵਾਰ ਸਮੇਤ ਜਾਣਗੇ ਅਤੇ ਕਰਤਾਰਪੁਰ ਸਾਹਿਬ ਗੁਰਦੁਆਰਾ ਉੱਥੇ ਮੱਥਾ ਟੇਕਣਗੇ। ਇਹ ਚਲੋ ਬੜੀਆਂ ਅੱਛੀਆਂ ਡਿਵੈਲਪਮੈਂਟਸ ਹੈਗੀਆਂ। ਇਹਦੇ ਨਾਲ ਨਾਲ ਕੇਜਰੀਵਾਲ ਦੀ ਗੌਰਮੈਂਟ ਦਾ ਹੈਗਾ ਦਿੱਲੀ ਗੌਰਮੈਂਟ ਆਫਰਸ ਫਰੀ ਪਿਲਗ੍ਰੀਮੇਜ। ਦਿੱਲੀ ਗੌਰਮੈਂਟ ਔਨ ਫਰਾਈਡੇ ਟੁੱਕ ਐਨ ਇਨ ਪ੍ਰਿੰਸੀਪਲ ਡਿਸੀਜ਼ਨ ਟੂ ਆਫਰ ਫਰੀ ਪਿਲਗ੍ਰਿਮ ਟੂ ਨਨਕਾਣਾ ਸਾਹਿਬ ਗੁਰਦੁਆਰਾ ਇਨ ਕਰਤਾਰਪੁਰ ਅੰਡਰ ਇਟਸ ਫਲੈਗਸ਼ਿਪ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ। ਡਿਸੀਜ਼ਨ ਵਾਜ਼ ਟੇਕਨ ਐਟ ਏ ਕੈਬਨਿਟ ਮੀਟਿੰਗ ਚੇਅਰਡ ਬਾਈ ਅਰਵਿੰਦ ਕੇਜਰੀਵਾਲ। ਇੱਕ ਇਹ ਵੀ ਦੱਸ ਦਈਏ ਹਰਿਆਣਾ ਦੇ ਮੁੱਖ ਮੰਤਰੀ ਨੇ ਵੀ ਮਨੋਹਰ ਲਾਲ ਖੱਟਰ ਨੇ ਵੀ ਕਿਹਾ ਹੈਗਾ ਵੀ ਜਿਹੜਾ ਕਰਤਾਰਪੁਰ ਕੋਰੀਡੋਰ ਹਰਿਆਣੇ ਦੇ ਸਿੱਖ ਟਰੈਵਲ ਜਾਣਾ ਚਾਹੁੰਦੇ ਹੈਗੇ ਉਹਨਾਂ ਨੇ ਜਿਹੜਾ ਅੰਮ੍ਰਿਤਸਰ ਜਾਣ ਦਾ ਜਿਹੜਾ ਹੈਗਾ ਬੱਸਾਂ 'ਤੇ ਜਿਹੜਾ ਰੇਲ ਦਾ ਜਿਹੜਾ ਖਰਚਾ ਉਹ ਰੀਇੰਬਰਸ ਉਹਨਾਂ ਨੂੰ ਕਰੇਗੀ। ਪਰ ਪੰਜਾਬ ਵਾਲੇ ਦੇ ਇਹ ਤੁਹਾਨੂੰ ਪਤਾ ਪੋਲੀਟਿਕਸ ਵੀ ਬਿਜ਼ੀ ਅਜੇ ਚੁੱਪ ਹੈਗੇ, ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਅਨਾਊਂਸ ਨਹੀਂ ਕੀਤਾ। ਇੱਕ ਹੋਰ ਬੜੀ ਦਿਲਚਸਪ ਨਿਊਜ਼ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਸਿੱਧੂ ਸਾਹਿਬ ਦਾ ਇਹਦੇ ਵਿੱਚ ਕੋਈ ਰੋਲ ਨਹੀਂ। ਇਹ ਪੋਲੀਟੀਕਲ ਲੋਕ ਤੁਹਾਨੂੰ ਪਤਾ ਇਹ ਕ੍ਰੈਡਿਟ ਗੇਮ ਕਿਸੇ ਨੂੰ ਦੇਣਾ ਨਹੀਂ ਚਾਹੁੰਦੇ। ਇਹ ਕਹਿੰਦੇ ਗੁਰੂ ਨਾਨਕ ਸਾਹਿਬ ਅੱਗੇ 72 ਸਾਲ ਦੀਆਂ ਜੋ ਅਰਦਾਸਾਂ ਹੈਗੀਆਂ ਉਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਹੈਗੀ ਆ ਅਤੇ ਇਹਦੇ ਵਿੱਚ ਇੱਕ ਬੰਦੇ ਨੂੰ ਕ੍ਰੈਡਿਟ ਦੇਣਾ ਇਹ ਬਿਲਕੁਲ ਵਾਜਬ ਨਹੀਂ ਹੈਗਾ। ਅਤੇ ਇਹ ਪ੍ਰਕਾਸ਼ ਸਿੰਘ ਬਾਦਲ ਦਾ ਹੈਗਾ, ਉਹਨਾਂ ਨੇ ਕਿਹਾ ਅਰਦਾਸ ਆਫ ਕਰੋੜਸ ਆਫ ਡਿਵੋਟੀਜ਼ ਹੈ ਵਿਨ ਹਰਡ ਐਂਡ ਵੀ ਆਰ ਫੋਰਚੂਨੇਟ ਦੈਟ 50 ਬਰਥ ਸੈਲੀਬ੍ਰੇਸ਼ਨ ਆਫ ਗੁਰੂ ਨਾਨਕ ਦੇਵ ਜੀ ਆਰ ਅਕਰਿੰਗ ਇਨ ਅਵਰ ਲਾਈਫ ਟਾਈਮ। ਇਹ ਤਾਂ ਦੇਖੋ ਜਿਨ੍ਹਾਂ ਦਾ ਇਹ ਜਦੋਂ 500ਵਾਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾਇਆ ਗਿਆ ਸੀ ਉਦੋਂ ਆਪਾਂ ਛੋਟੇ ਛੋਟੇ ਸੀ, ਸਕੂਲ ਵਿੱਚ ਪੜ੍ਹਦੇ ਸੀ, ਉਦੋਂ ਤਾਂ ਇੰਨੀ ਸਮਝ ਵੀ ਨਹੀਂ ਸੀ ਜਦੋਂ 69 ਵਿੱਚ ਮਨਾਇਆ ਗਿਆ ਸੀ। ਅਤੇ ਹੁਣ ਜਿਹੜਾ ਹੈਗਾ ਇਹ 550ਵਾਂ ਵਾਕਿਆ ਜਿਹੜੇ ਜਿਨ੍ਹਾਂ ਨੂੰ ਜ਼ਿੰਦਗੀ ਦਿੱਤੀ ਹੈ ਬਾਬੇ ਨਾਨਕ ਦੀ ਬੜੀ ਕਿਰਪਾ ਹੈਗੀ। ਇਸੇ ਸੰਬੰਧ ਵਿੱਚ ਅਸੀਂ ਕੁਛ ਸੰਗਤ ਨਾਲ ਗੱਲਬਾਤ ਕੀਤੀ, ਉਹਨਾਂ ਦੇ ਅਸੀਂ ਵਿਚਾਰ ਤੁਹਾਨੂੰ ਸੁਣਾਉਂਦੇ ਹਾਂ। ਕੀ ਆ ਪ੍ਰੀਤਮ ਸਿੰਘ? ਹਾਂਜੀ ਹਾਂਜੀ, ਕਰਤਾਰਪੁਰ ਲਾਂਘਾ ਡੇਰਾ ਬਾਬਾ ਨਾਨਕ ਤੋਂ ਜਾ ਰਿਹਾ ਹੈਗਾ ਕਰਤਾਰਪੁਰ ਸਾਹਿਬ, ਤਾਂ ਬੜੀ ਖੁਸ਼ੀ ਦੀ ਗੱਲ ਹੈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਜਿਹੜਾ ਤਕਰੀਬਨ ਕੋਈ 4 ਕਿਲੋਮੀਟਰ ਦੂਰ ਆ। ਹਾਂਜੀ, ਇਹ ਗੁਰੂ ਨਾਨਕ ਸਾਹਿਬ ਜਦੋਂ ਡੇਰਾ ਬਾਬਾ ਨਾਨਕ ਆਏ ਅਤੇ ਉਦੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ ਚੱਲ ਕੇ ਆਉਂਦੇ ਜਾਂਦੇ ਰਹੇ ਅਤੇ ਚਰਨ ਛੋਹ ਪ੍ਰਾਪਤ ਆ। ਜੀ ਜੀ, ਅਤੇ ਇਹ ਲਾਂਘਾ ਜਿਹੜਾ ਇਹ ਸਿੱਖ ਸੰਗਤ ਅਰਦਾਸਾਂ ਕਰਦੀ ਸੀ। ਹਾਂਜੀ, ਅਤੇ ਉਹ ਅਰਦਾਸਾਂ ਪੂਰੀਆਂ ਹੋਈਆਂ ਨੇ। ਹਾਂਜੀ, ਜਿਹੜਾ ਡੇਰਾ ਬਾਬਾ ਨਾਲ ਗੁਰਦੁਆਰਾ ਇਹ ਬਾਬੇ ਖਡੂਰ ਸਾਹਿਬ ਵਾਲੇ ਕਾਰ ਸੇਵਾ ਕਰਵਾ ਰਹੇ ਨੇ, ਉਹਨਾਂ ਨੇ ਸਰਾਵਾਂ ਬਣਾਈਆਂ
सरोवर बनाया, लंगर हाल बनाया, हूँ दरबार साहब की सेवा चल रही है। बड़ी रीझ ना दरबार साहब बना डे ने, बहुत वधिया पत्थर ला डे ने, लंगर चलता है जी जी जी। इस तो अगे तो बाकी होर कोई गल नहीं, जो कोई बाबे बना रहे ने वो कोई आम आदमी नहीं बना सकता। वाहेगुरु जी का खालसा। अच्छा, एक आ जरा गुरद्वारा साहब पिछे बिल्डिंग बन रही हैगी है, ये मैं जो शुरू की थी उदो ही मैं आया सी, हुण तां इहदे लागे ही छागे ही आ बणदे, ये उदो ताईं कंप्लीट हो जाएगी अपने नवंबर ताईं? अंदर 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 जिहड़ा वो कंप्लीट हो जाएगा। अच्छा, ते महाराज दा प्रकाश हो जाएगा। अच्छा अच्छा, ये करतारपुर लांघे करके आम सिख संगत विच काफ़ी खुशी होएगी? हाँ जी हाँ जी, सिख संगत ते रोज़ अगे नूं दो तीन गुणा वध गई आ। अच्छा अच्छा, लांघे करके दो तीन गुणा संगत अगे नूं वध गई आ। अच्छा अच्छा, बहुत अच्छी गल, बहुत अच्छी गल, मेहरबानी, थैंक यू सर। गुरप्रीत सिंह जी, तुसी कथा वाचक हो गुरुद्वारा बेर साहिब सुल्तानपुर लोधी विखे, जिथे गुरु नानक देव जी ने अपनी जिंदगी दे लगभग 15 साल गुजारे हैगे। हुण बड़ी श्रद्धा ते उत्साह नाल डेरा बाबा नानक तो करतारपुर कोरीडोर बन रहा हैगा। मैं 2-3 पहला गया सी, इंडिया साइड तो भी काफ़ी कम तेजी नाल हो रहा हैगा। करतारपुर कोरीडोर बारे की थोड़े विचार हैगे? 1947 तो साड़ी अरदास विच एक शब्द शामिल है जी जी, कि जिन्हां गुरुद्वारियां गुरधामां नूं पंथ तो विछोड़िया गया। थोड़ा ना पिंड हाँ नहीं कोई गल काट लो जी जी। 1947 तो लैके अज तक साड़ी अरदास विच एक शब्द पक्के तौर ते शामिल हो गया सी, हाँ जी, कि जिन्हां गुरुद्वारियां गुरधामां तो पंथ नूं विछोड़िया गया है, हाँ जी, तिन्हां दे खुले दर्शन दीदार ते सेवा संभाल दी दात खालसा पंथ नूं बख्शो जी जी। तो वह जिहड़े विछड़े गुरधाम ने उन्हां दे विचों एक भी गुरधाम ऐसा नहीं कि जिहदे नाल सिखां दीआं भावनावां सिखां दी शरधा नहीं जुड़ी। ननकाणा साहिब जी तो लैके करतारपुर साहिब तक गुरु नानक साहिब दे अस्थान ने जी जी, फिर 5वें 6वें पातशाह जी दे अस्थान ने, सतगुरु सच्चे पातशाह जी का आखिरी समा 18 साल जिहड़ा करतारपुर साहिब सतगुरु जी ने बतीत किया जिहदे बारे भाई गुरदास साहिब जी ने कहा कि धर्मसाल करतारपुर साध संगत सचखंड वसाया। हाँ जी हाँ जी, वह धरती जिथे गुरु नानक साहिब जी का पसीना डुला, केड़ा सिख नहीं चाहता उस धूड़ नूं मैं मत्थे ना लावां। बिल्कुल, यह बड़ी पुरानी मंग सी। जथेदार कुलदीप सिंह जी वडाला जी हर साल अरदास करन जांदे हुंदे सन, सिखां दी बड़ी भावना सी। कई लोग कहिंदे सन पॉसीबल नहीं, पर वेखो गुरु नानक साहिब जी ने आप वरत के दोवां मुल्कां दीआं सरकारां, किड्डी हैरानी दी गल है, जदों दोनों मुल्क लड़न मरन नूं तैयार सन उस वेले भी दोनों मुल्कां दे सरकारां दे अंदर गुरु नानक साहिब ने आप वस के यह कार्ज नेपरे चढ़ाया। दोवां मुल्कां दीआं सरकारां दा वी सानूं धन्नवाद करना चाहीदा। ਉਹ ਕੋਈ ਵੀ ਹੋਵੇ ਸਾਰਿਆਂ ਨੇ ਬੜੇ ਸਾਰਥਕ ਯਤਨ ਕੀਤੇ ਨੇ ਤੇ ਸਾਰਿਆਂ ਨੂੰ ਹੀ ਇਹਨਾਂ ਯਤਨਾਂ ਵਾਸਤੇ ਸਾਡੇ ਵੱਲੋਂ ਧੰਨਵਾਦ ਹੈ। ਔਰ ਬਹੁਤ ਛੇਤੀ ਇਹ ਕੋਰੀਡੋਰ ਤਿਆਰ ਹੋ ਕੇ ਜਦੋਂ ਖੁੱਲ ਜਾਏਗਾ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸ਼ਰਧਾ ਵਿੱਚ ਸਿੱਖਾਂ ਨੇ ਜਾ ਕੇ ਨਤਮਸਤਕ ਹੋਣਾ, ਉੱਥੇ ਇਹ ਅਸਥਾਨ ਇਹ ਕੋਰੀਡੋਰ ਗੁਰੂ ਕਿਰਪਾ ਕਰੇ ਦੋਵਾਂ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਪੁਲ ਬਣ ਕੇ ਸਾਬਤ ਹੋਵੇ ਤੇ ਦੋਵਾਂ ਮੁਲਕਾਂ ਦੇ ਵਿੱਚ ਇਹ ਤਣਾਓ ਤੇ ਲੜਾਈ ਦੇ ਮਾਹੌਲ ਸਦਾ ਸਦਾ ਲਈ ਖਤਮ ਹੋ ਜਾਣ। ਬਹੁਤ ਅੱਛੀ ਗੱਲ। ਹੁਣ ਅਖੀਰ 'ਚ ਜਾਂਦੇ ਜਾਂਦੇ ਆਮ ਲੋਕ, ਆਮ ਸਿੱਖ ਸਕੋਲਰ ਵੀ ਇੰਟਲੈਕਚੁਅਲੀ ਫੀਲ ਕਰਦੇ ਹੈਗੇ, ਇਹ ਜਿਹੜਾ ਕਰਤਾਰਪੁਰ ਕੋਰੀਡੋਰ ਸ਼ਾਂਤੀ ਦਾ ਕੋਰੀਡੋਰ ਜਾਂ ਫਰੈਂਡਸ਼ਿਪ ਕੋਰੀਡੋਰ, ਇਹਦੀਆਂ ਬਣਦੀਆਂ ਸੰਭਾਵਨਾ ਹੈਗੀਆਂ? ਬਿਲਕੁਲ, ਇਹਦੇ ਸੰਬੰਧ ਵਿੱਚ ਪਾਕਿਸਤਾਨ ਦੇ ਲੋਕਾਂ ਨੂੰ ਅਤੇ ਭਾਰਤ ਅਤੇ ਪੰਜਾਬ ਦੇ ਲੋਕਾਂ ਨੂੰ ਕੁਛ ਸੁਨੇਹਾ ਜ਼ਰੂਰ ਦਿਓ। ਗੁਰੂ ਨਾਨਕ ਸਾਹਿਬ ਜੀ ਸਭ ਦੇ ਸਾਂਝੇ ਨੇ ਜੀ ਜੀ। ਕਈ ਵਾਰ ਮੁਸਲਮਾਨ ਵੀਰ ਜਦੋਂ ਕਈ ਕਹਿੰਦੇ ਨੇ ਨਾ ਕਿ ਗੁਰੂ ਨਾਨਕ ਸਾਹਿਬ ਦੇ ਮੁਸਲਮਾਨ ਸੀ, ਹਿੰਦੂ ਵੀਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਤਾਂ ਹਿੰਦੂ ਸੀ, ਤੇ ਕਈ ਵਾਰ ਸਾਡੇ ਕਈ ਸਿੱਖ ਭਰਾਵਾਂ ਨੂੰ ਗੁੱਸਾ ਆ ਜਾਂਦਾ ਕਿ ਉਹ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਕਿਉਂ ਕਹਿੰਦੇ ਨੇ, ਹਿੰਦੂ ਕਿਉਂ ਕਹਿੰਦੇ ਨੇ। ਪਰ ਸੱਚ ਇਹ ਹੈ ਗੁਰੂ ਨਾਨਕ ਇੰਨੇ ਪਿਆਰੇ ਨੇ ਕਿ ਮੁਸਲਮਾਨ ਚਾਹੁੰਦਾ ਕਿ ਉਹ ਸਾਡੇ ਹੋ ਜਾਣ, ਹਿੰਦੂ ਚਾਹੁੰਦਾ ਕਿ ਉਹ ਸਾਡੇ ਹੋ ਜਾਣ। ਇੱਥੋਂ ਤੱਕ ਕਿ ਜਿਹੜੇ ਵੀ ਧਰਮ ਦਾ ਕੋਈ ਵੀ ਇਨਸਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਰੇ ਪੜ੍ਹਦਾ, ਉਹਨਾਂ ਦੇ ਬਚਨ ਸੁਣਦਾ, ਉਹ ਚਾਹੁੰਦਾ ਗੁਰੂ ਨਾਨਕ ਸਾਡੇ ਹੋ ਜਾਣ, ਇਹ ਕਿੰਨੀ ਚੰਗੀ ਗੱਲ ਹੋਵੇ। ਬਲਕਿ ਇਹ ਤੇ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਦਿੱਤੀ ਹੋਈ ਹੈ, ਸਰਬੱਤ ਦੇ ਭਲੇ ਬਗੈਰ ਸਾਡੀ ਅਰਦਾਸ ਕਦੇ ਪੂਰੀ ਨਹੀਂ ਹੁੰਦੀ। ਬਿਲਕੁਲ, ਇਸ ਲਈ ਗੁਰੂ ਨਾਨਕ ਦੇ ਘਰੋਂ ਸਰਬੱਤ ਦੇ ਭਲੇ ਦਾ ਸੰਦੇਸ਼ ਮਿਲੇ, ਦੋਵਾਂ ਪਾਸਿਓਂ
ਮਾਵਾਂ ਦੇ ਪੁੱਤ ਮਰਦੇ ਨੇ ਇਹ ਦੋਵਾਂ ਪਾਸੇ ਸ਼ਾਂਤੀ ਵਰਤੇ ਗੁਰੂ ਨਾਨਕ ਸਾਹਿਬ ਜੀ ਜ਼ਰੂਰ ਕਿਰਪਾ ਕਰਨਗੇ ਔਰ ਦੋਵਾਂ ਕੌਮਾਂ ਨੂੰ ਜਿਵੇਂ ਸਤਿਗੁਰਾਂ ਨੇ ਆਪਣੀ ਹਯਾਤੀ ਵਿੱਚ ਇਕੱਠਿਆਂ ਕੀਤਾ ਸੀ ਅੱਜ ਵੀ ਸਤਿਗੁਰੂ ਦੋਵਾਂ ਮੁਲਕਾਂ ਨੂੰ ਇਕੱਠਿਆਂ ਕਰਨ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਧੰਨਵਾਦ ਦੋ ਸਾਲ ਪਹਿਲਾਂ ਕੀ ਕੰਮ ਕਰਦੇ ਸੀ ਖੇਤੀਬਾੜੀ ਕਰਦੇ ਅਜੇ ਵੀ ਖੇਤੀਬਾੜੀ ਕਰਦੇ ਇਸ ਭੇਖ ਵਿੱਚ ਕਿਉਂ ਆਏ ਕੀ ਕਾਰਨ ਸੀ ਕੁਝ ਅੱਛਾ ਚਲੋ ਵਧੀਆ ਇਹ ਲਾਂਘਾ ਹੁਣ ਖੁੱਲ ਰਿਹਾ ਹੈਗਾ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ ਬਹੁਤ ਵਧੀਆ ਜੀ ਲਾਂਘਾ ਖੁੱਲ ਰਿਹਾ ਦੋਨਾਂ ਦੇਸ਼ਾਂ ਦਾ ਆਪਸੀ ਪਿਆਰ ਵਧੂਗਾ ਜੀ ਹਾਂਜੀ ਹਾਂਜੀ ਗਏ ਹੋ ਬਾਰਡਰ ਤੱਕ ਅਜੇ ਕਿ ਬਾਰਡਰ 'ਤੇ ਗਏ ਨਹੀਂ ਹੁਣ ਜਾਣਾ ਜੀ ਚਲੋ ਇਹ ਪਾਕਿਸਤਾਨ ਦੇ ਅਤੇ ਭਾਰਤ ਦੇ ਲੋਕਾਂ ਨੂੰ ਕੁਛ ਸੁਨੇਹਾ ਦਿਓ ਦੋਸਤੀ ਹੋ ਜਾਵੇ ਦੋਨਾਂ ਦੀ ਹਾਂਜੀ ਬਹੁਤ ਵਧੀਆ ਦੋਸਤੀ ਹੋ ਦੋਨਾਂ ਦੇ ਆਉਣ ਜਾਣ ਹੋਊਗਾ ਜੀ ਹਾਂਜੀ ਹਾਂਜੀ ਪਾਕਿਸਤਾਨ ਕਦੀ ਜਾਣੇ ਦਾ ਮੌਕਾ ਮਿਲਿਆ ਅਜੇ ਕਿ ਨਹੀਂ ਮਿਲਿਆ ਜੀ ਹਾਂ ਬਹੁਤ ਅੱਛੀ ਗੱਲ ਚਲੋ ਮਿਹਰਬਾਨੀ ਕੀ ਆਪਣਾ ਮੇਰਾ ਨਾਮ ਪਲਵਿੰਦਰ ਸਿੰਘ ਹੈ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੇਰਾ ਡੇਰਾ ਬਾਬਾ ਨਾਨਕ ਤੋਂ 3 ਕਿਲੋਮੀਟਰ ਦੂਰ ਸਮਰਾਹ ਪਿੰਡ ਹੈ ਜੀ ਵਾਹ ਜੀ ਵਾਹ ਡੇਰਾ ਬਾਬਾ ਨਾਨਕ ਤਾਂ ਬੜਾ ਮਸ਼ਹੂਰ ਹੋ ਗਿਆ ਇੰਟਰਨੈਸ਼ਨਲ ਲੈਵਲ ਦਾ ਹੋ ਗਿਆ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬੜੀ ਕਿਰਪਾ ਹੋਈ ਹੈ ਜੀ ਹਾਂਜੀ ਹਾਂਜੀ ਅਤੇ ਜਿਹੜਾ ਲਾਂਘਾ ਖੁੱਲ੍ਹਣ ਕਰਕੇ ਜਿਹੜਾ ਸਾਡੇ ਇਲਾਕੇ ਦੀ ਬਹੁਤ ਤਰੱਕੀ ਹੋਈ ਆ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਇਹ ਜਗ੍ਹਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਤੇ ਜਿਨ੍ਹਾਂ ਦੇ ਚਰਨ ਪੈਣ ਨਾਲ ਇਹ ਧਰਤੀ ਪਵਿੱਤਰ ਹੋ ਗਈ ਸਾਡੇ ਇਲਾਕੇ ਦੀ ਵੀ ਮਤਲਬ ਬਹੁਤ ਵਧੀਆ ਗੱਲ ਹੋਈ ਆ ਦੂਰ ਦੂਰ ਤੋਂ ਸੰਗਤਾਂ ਆ ਕੇ ਅਤੇ ਮਤਲਬ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਜੀ ਇਹ ਤਾਂ ਹੁਣ ਅੰਮ੍ਰਿਤਸਰ ਵਾਂਗੂ ਮਸ਼ਹੂਰ ਹੋ ਜਾਏਗਾ ਹੋ ਹੀ ਗਿਆ ਬਲਕਿ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਜੀ ਆਲ ਵਰਲਡ ਦੇ ਵਿੱਚ ਮਸ਼ਹੂਰ ਹੋ ਗਿਆ ਜੀ ਬਹੁਤ ਅੱਛੀ ਗੱਲ ਇਹ ਹੁਣ ਗੱਲ ਹੈ ਸਾਡੇ ਵਾਸਤੇ ਅਸੀਂ ਕਰਮਾਂ ਭਾਗਾਂ ਵਾਲੇ ਇਸ ਧਰਤੀ ਦੇ ਉੱਤੇ ਜਨਮ ਲਿਆ ਜੀ 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 ਹਾਂਜੀ ਅਤੇ ਇਹ ਹੁਣ ਕਰਤਾਰਪੁਰ ਲਾਂਘਾ ਅਸੀਂ ਇੱਥੋਂ ਬਾਰਡਰ ਤੋਂ ਬੋਲ ਰਹੇ ਹੈਗੇ ਹਾਂਜੀ ਬਸ 8-9 ਦਿਨ ਰਹਿ ਗਏ ਹੈਗੇ ਆ ਹਾਂਜੀ ਕਰਤਾਰਪੁਰ ਲਾਂਘੇ ਬਾਰੇ ਕੀ ਵਿਚਾਰ ਹੈ ਤੁਹਾਡੇ ਕਰਤਾਰਪੁਰ ਲਾਂਘਾ 9 ਤਰੀਕ ਨੂੰ ਖੁੱਲ੍ਹ ਰਿਹਾ ਜੋ ਮਤਲਬ ਖਬਰਾਂ ਦੇ ਮੁਤਾਬਕ ਸਾਨੂੰ ਮਤਲਬ ਆਮ ਜਨਤਾ ਨੂੰ ਪਤਾ ਲੱਗ ਰਿਹਾ ਹਾਂਜੀ ਅਤੇ 9 ਤਰੀਕ ਨੂੰ ਇਹ ਖੁੱਲ੍ਹੇਗਾ ਰਸਤਾ ਪ੍ਰਧਾਨ ਮੰਤਰੀ ਆਪਣੇ ਨਰਿੰਦਰ ਮੋਦੀ ਜੀ ਆਉਣਗੇ ਆਪਣਾ ਉਦਘਾਟਨ ਕਰਨਗੇ 300 ਫੁੱਟ ਦਾ ਇੱਥੇ ਲੱਗਾ ਜਿੱਥੇ ਫਲੈਗ ਚੜ੍ਹੇਗਾ ਆਪਣੇ ਇੰਡੀਆ ਦਾ ਹਾਂਜੀ 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 ਬਹੁਤ ਸੁੰਦਰ ਵਧੀਆ ਜਗ੍ਹਾ ਬਣ ਗਈ ਆ ਤੁਸੀਂ ਗਏ ਹੋ ਪਾਕਿਸਤਾਨ ਕਿ ਨਹੀਂ ਫਿਰ ਹਾਲ ਪਾਕਿਸਤਾਨ ਤਾਂ ਨਹੀਂ ਗਏ ਜੀ ਪਾਕਿਸਤਾਨ ਤੋਂ ਅਸੀਂ ਦਰਸ਼ਨ ਕਰਕੇ ਆਏ ਇੱਥੋਂ ਪਾਕਿਸਤਾਨ ਜਾਣ ਦਾ ਸਾਡਾ ਜੀ ਤਾਂ ਕਰਦਾ ਹੁਣ ਪਾਸਪੋਰਟ ਬਣਾਇਆ ਕਿ ਨਹੀਂ ਗੁਰਤਾ ਮਾਤੇ ਦਰਸ਼ਨ ਪਾਸਪੋਰਟ ਜਿਹੜਾ ਵਾ ਉੱਥੇ ਖਬਰਾਂ ਦੇ ਵਿੱਚ ਵੀ ਇਹੀ ਸੁਣਨ ਨੂੰ ਮਿਲ ਰਿਹਾ ਕਿ ਪਾਸਪੋਰਟ ਸਾਨੂੰ ਇੱਥੋਂ ਡੇਰਾ ਬਾਬਾ ਨਾਨਕ ਤੋਂ ਹੀ ਮਤਲਬ ਇੱਥੇ ਬਣੇਗਾ ਦੋਸਤੀ ਹੋ ਸਕਦੀ ਹੈ ਜੀ ਸਭ ਤੋਂ ਵਧੀਆ ਗੱਲ ਹੈ ਪਹਿਲਾਂ ਵੀ ਅਸੀਂ ਇੱਕ ਸੀਗੇ ਤੇ ਕੁਛ ਸਾਨੂੰ ਸਿਆਸਤਵਾਨਾਂ ਕਰਕੇ ਅਸੀਂ ਮਤਲਬ ਥੋੜਾ ਅਲੱਗ ਹੋ ਗਏ ਕੁਛ ਨੀ ਕਹਿ ਸਕਦੇ ਇਸ ਚੀਜ਼ ਬਾਰੇ ਪਰ ਕਹਿਣ ਦਾ ਮਤਲਬ ਆ ਵੀ ਬਹੁਤ ਵੱਡੀ ਗੱਲ ਹੈ ਜਿਹੜੇ ਦੋਵੇਂ ਦੇਸ਼ ਆਪਸ ਵਿੱਚ ਮਿਲ ਰਹੇ ਆ ਸ਼ਾਂਤੀ ਤਾਂ ਹਰੇਕ ਜੀਵ ਜਿਹੜਾ ਉਹ ਸ਼ਾਂਤੀ ਨੂੰ ਚਾਹੁੰਦਾ ਹੈ ਤਾਂ ਸ਼ਾਂਤੀ ਹੋਣੀ ਚਾਹੀਦੀ ਹੈ ਜੀ ਬਹੁਤ ਅੱਛਾ ਹਾਂਜੀ ਥੈਂਕ ਯੂ ਥੈਂਕ ਯੂ ਹਾਂਜੀ ਬਾਬਾ ਜੀ ਕੀ ਨਾਂ ਕੀ ਆਪਣਾ ਮੇਰਾ ਨਾਮ ਭਗਤ ਸਿੰਘ ਹੈ ਜੀ ਵਾਹ ਵਾਹ ਪਿੰਡ ਮਹਿਦੀਪੁਰਾ ਅੱਛਾ ਜੀ ਹਾਂ ਸਾਡੇ ਦਾਦਾ ਜੀ ਨੇ ਬਹੁਤ ਤਪ ਕੀਤਾ ਹੈ ਅਤੇ ਉੱਥੇ ਨਾਮਧਾਰੀ ਅਸਥਾਨ ਹੈ ਜੀ ਉਹਨਾਂ ਦੀ ਯਾਦ ਵਿੱਚ ਬਣਿਆ ਹੋਇਆ ਅੱਛਾ ਇੱਥੇ ਲੱਗੇ ਹੀ ਆ ਆਪਣੇ ਡੇਰਾ ਬਾਬਾ ਨਾਨਕ ਦੇ ਹਾਂ ਇੱਥੋਂ 25 ਕਿਲੋਮੀਟਰ ਹੈ ਜੀ ਫਤਿਹਗੜ੍ਹ ਚੂੜੀਆਂ ਕੋਲ ਚੂੜੀਆਂ ਤੋਂ ਅੱਗੇ 4 ਕਿਲੋਮੀਟਰ ਅੱਗੇ ਹੈ ਜੀ ਅੰਮ੍ਰਿਤਸਰ ਵਾਲੀ ਸਾਈਡ ਨਾਲ ਹਾਂਜੀ ਹਾਂਜੀ ਤੇ ਕਾਫੀ ਦਿਨਾਂ ਤੋਂ ਮਨ ਦੇ ਵਿੱਚ ਤੰਗ ਸੀ ਕਿ ਜਾ ਕੇ ਦਰਸ਼ਨ ਮੇਲਾ ਕਰੀਏ ਅੱਛਾ ਅੱਛਾ ਕਿਉਂਕਿ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਤੇ ਸੰਗਤਾਂ ਇਹਨਾਂ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਵਾਂਝੀਆਂ ਹੋ ਗਈਆਂ ਜੀ ਬਿਲਕੁਲ ਤੇ ਉਦੋਂ ਤੋਂ ਹੀ ਸਿੱਖ ਸੰਗਤਾਂ ਅਰਦਾਸ ਕਰਦੀਆਂ ਸਨ ਸੁਬਾ ਸ਼ਾਮ ਕਿ ਕਿਰਪਾ ਹੋਵੇ ਕਿ ਇਹਨਾਂ ਅਸਥਾਨਾਂ ਦੇ ਜਿਹੜੇ ਸਤਿਗੁਰਾਂ ਦੇ ਪਵਿੱਤਰ ਪਾਵਨ ਸਥਾਨ ਨੇ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਹੋਣ ਅਤੇ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਅੱਜ ਪ੍ਰਵਾਨ ਹੋਈ ਹੈ ਖੁੱਲ੍ਹੇ ਦਰਸ਼ਨ ਦੀਦਾਰੇ ਤਾਂ ਨਹੀਂ ਕਿਉਂਕਿ ਕਾਫੀ ਪਾਬੰਦੀਆਂ ਨੇ ਪਰ ਫਿਰ ਵੀ ਬੜੀ ਵੱਡੀ ਕਿਰਪਾ ਹੋਈ ਹੈ ਜਿਹੜੀ ਇਹ ਦਰਸ਼ਨ ਦੀਦਾਰਿਆਂ ਦੀ ਜਿਹੜੀ ਆਪਸ ਵਿੱਚ ਜਿਹੜੀ ਆ ਨਾ ਇਹ ਸਾਂਝ ਪਈ ਹੈ ਜੀ ਤੇ ਬਹੁਤ ਸਾਨੂੰ ਇਸ ਗੱਲ ਦੀ ਖੁਸ਼ੀ ਅਸੀਂ ਚੇਚੇ ਤੌਰ ਤੇ ਦਰਸ਼ਨ ਮੇਲਾ ਕਰਨ ਵਾਸਤੇ ਬਣਿਆ ਪਾਸਪੋਰਟ ਕਿ ਨਹੀਂ ਪਾਕਿਸਤਾਨ ਗਏ ਕੁਝ ਨਹੀਂ ਮੈਂ ਅਜੇ ਤੱਕ ਪਾਸਪੋਰਟ ਨਹੀਂ ਗਿਆ ਜੀ ਮੈਂ ਹੋਰ ਕੰਟਰੀਆਂ ਦੇ ਵਿੱਚ ਗਿਆ ਵਾਂ ਮੈਂ ਪਾਕਿਸਤਾਨ ਨਹੀਂ ਗਿਆ ਜੀ ਅਜੇ ਤੱਕ ਚਲੋ ਹੁਣ ਫਿਰ ਜਾਓਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖੋ ਦਰਸ਼ਨ ਮੇਲਾ ਕਰਨ ਜਾਵਾਂਗੇ ਜੀ ਕਿਉਂਕਿ ਬਹੁਤ ਦੇਰ ਤੋਂ ਸਦਰ ਸੀ ਮਨ ਦੇ ਵਿੱਚ ਕਿ ਦਰਸ਼ਨ ਮੇਲਾ ਕਰੀਏ ਸਤਿਗੁਰਾਂ ਦੇ ਸਥਾਨ ਦਾ ਤੇ ਹੁਣ ਮੌਕਾ ਬਣਿਆ ਜਾਵਾਂਗੇ ਜੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਠੀਕ ਹੈ